ਪੰਜਾਬੀ ਸਟੱਡੀ ਪੁਆਇੰਟ 63 ਵੇਖ ਰਹੇ ਸਾਰੇ ਹੀ ਵਿਊਜ਼ ਦਾ ਇਸ ਚੈਨਲ 'ਤੇ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ। ਸਾਡੀ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ BCOM ਦੇ ਪਹਿਲੇ ਸਮੈਸਟਰ ਦੇ ਨਾਲ ਸੰਬੰਧਿਤ ਹੈਗੀ ਹੈ ਅਤੇ ਵਿਸ਼ਾ ਹੈ ਲਾਜ਼ਮੀ ਪੰਜਾਬੀ। ਅਤੇ ਇਸ ਵਿਸ਼ੇ ਲਈ ਉਹਨਾਂ ਲਈ ਨਿਰਧਾਰਿਤ ਪਾਠ ਪੁਸਤਕ ਹੈ ਜੀ, ਉਹ ਹੈ ਪਰਿੰਦੇ ਜਾਣ ਹੁਣ ਕਿੱਥੇ, ਜਿਹੜਾ ਇੱਕ ਨਾਟਕ ਹੈ ਅਤੇ ਡਾਕਟਰ ਸਾਹਿਬ ਸਿੰਘ ਜੀ ਨੇ ਇਸਨੂੰ ਲਿਖਿਆ ਹੈਗਾ। ਅਤੇ ਇਸ ਨਾਟਕ ਦੇ ਨਾਲ ਸੰਬੰਧਿਤ ਕਈ ਵੀਡੀਓਜ਼ ਅਸੀਂ ਪਹਿਲਾਂ ਹੀ ਅਪਲੋਡ ਕਰ ਚੁੱਕੇ ਹੈਗੇ ਹਾਂ। ਇਸ ਨਾਟਕ ਦੇ 6 ਸੀਨ ਇੰਨ ਬਿੰਨ ਇਸ ਨਾਟਕ ਇਸ ਚੈਨਲ 'ਤੇ ਅਪਲੋਡ ਹੋਏ ਕੀਤੇ ਜਾ ਚੁੱਕੇ ਨੇ। ਅਤੇ ਇਸ ਤੋਂ ਇਲਾਵਾ ਨਾਟਕ ਦਾ ਸਾਰ, ਇਸ ਦਾ ਵਿਸ਼ਾ ਵਸਤੂ ਅਤੇ ਇਸ ਦੇ ਸਾਰੇ ਪਾਤਰਾਂ ਦਾ ਪਾਤਰ ਚਿਤਰਨ ਵੀ ਇਸ ਚੈਨਲ ਉੱਤੇ ਅਪਲੋਡ ਕੀਤਾ ਗਿਆ ਹੈ। ਜਿਹੜੇ ਵਿਦਿਆਰਥੀਆਂ ਨੇ ਅਜੇ ਤੱਕ ਇਹ ਵੀਡੀਓਜ਼ ਨਹੀਂ ਵੇਖੀਆਂ ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰਨ ਅਤੇ ਇਹਨਾਂ ਵੀਡੀਓਜ਼ ਦਾ ਲਾਭ ਉਠਾਉਣ ਤਾਂ ਕਿ ਪ੍ਰੀਖਿਆ ਦੇ ਵਿੱਚੋਂ ਵਧੀਆ ਨੰਬਰ ਆ ਸਕਦੇ ਹੋਣ। ਹੁਣ ਗੱਲ ਕਰਦੇ ਹੈਗੇ ਹਾਂ ਅੱਜ ਦੀ ਵੀਡੀਓ ਦੀ। ਅਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਨਾਟਕ ਦਾ ਸੀਨ ਨੰਬਰ 7 ਪੜ੍ਹਾਂਗੇ ਅਤੇ ਇਸ ਦੇ ਨਾਲ ਹੀ ਅਗਲਾ ਪ੍ਰਸ਼ਨ ਹੈ ਜੋ ਉਸਦੀ ਤਿਆਰੀ ਵੀ ਨਾਲੋਂ ਨਾਲ ਕਰਾਂਗੇ, ਜੋ ਕਿ ਹੈ ਪ੍ਰਸੰਗ ਦੱਸ ਕੇ ਵਿਆਖਿਆ। ਕਿਉਂਕਿ ਤੁਹਾਨੂੰ ਇਸ ਨਾਲ ਸੰਬੰਧਿਤ ਪ੍ਰਸ਼ਨ ਆਉਣਾ ਹੈ 4 ਨੰਬਰ ਦਾ, ਤੁਹਾਨੂੰ ਵਾਰਤਾ ਲਾਭ ਦਿੱਤਾ ਹੋਵੇਗਾ ਅਤੇ ਤੁਸੀਂ ਉਸ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰਨੀ ਹੋਵੇਗੀ। ਤਾਂ ਇਸ ਲਈ ਮੈਂ ਸਮਝਦੀ ਹੈਗੀ ਹਾਂ ਕਿ ਅਸੀਂ ਜੇਕਰ ਨਾਟਕ ਨੂੰ ਪੜ੍ਹਦੇ ਹੋਏ ਨਾਲੋਂ ਨਾਲ ਪ੍ਰਸੰਗ ਦੱਸ ਕੇ ਵਿਆਖਿਆ ਸਮਝ ਲਈਏ ਤਾਂ ਅਸੀਂ ਇਸ ਨੂੰ ਆਰਾਮ ਨਾਲ ਤਿਆਰ ਕਰ ਲਵਾਂਗੇ। ਅਤੇ ਬਾਕੀ ਜੋ 6 ਰਹਿੰਦੇ ਸੀਨ ਨੇ ਪਹਿਲਾਂ ਜੋ ਅਸੀਂ ਪੜ੍ਹ ਚੁੱਕੇ ਹੈਗੇ ਉਹਨਾਂ ਨਾਲ ਰਹਿੰਦੇ ਵਾਰਤਾਲਾਪਾਂ ਦੀ ਪ੍ਰਸੰਗ ਦੱਸ ਕੇ ਵਿਆਖਿਆ ਮੈਂ ਕਿਸੇ ਵੱਖਰੀ ਵੀਡੀਓ ਦੇ ਵਿੱਚ ਜ਼ਰੂਰ ਅਪਲੋਡ ਕਰਾਂਗੀ। ਤੁਸੀਂ ਚੈਨਲ 'ਤੇ ਜ਼ਰੂਰ ਬਣੇ ਰਹਿਣਾ। ਤਾਂ ਅੱਜ ਆਪਾਂ ਸੀਨ ਨੰਬਰ 7 ਪੜ੍ਹਨਾ ਹੈ। ਇਸ ਤੋਂ ਪਹਿਲਾਂ ਅਸੀਂ ਇਸ ਨਾਟਕ ਦੀ ਕਹਾਣੀ ਬਾਰੇ ਪੜ੍ਹ ਚੁੱਕੇ ਹੈਗੇ ਹਾਂ ਕਿ ਜਿਹੜਾ ਸਮਾਂ ਹੈ ਬੜਾ ਹੀ ਨਾਜ਼ੁਕ ਚੱਲ ਰਿਹਾ ਹੁੰਦਾ ਹੈਗਾ, ਜਦੋਂ ਕਿ 1947 ਦੇ ਦੰਗਿਆਂ ਤੋਂ ਬਾਅਦ ਪਾਕਿਸਤਾਨ ਦੀ ਸਰਕਾਰ ਅਤੇ ਹਿੰਦੁਸਤਾਨ ਦੀ ਸਰਕਾਰ ਇਹ ਫੈਸਲਾ ਲੈ ਚੁੱਕੀ ਹੁੰਦੀ ਹੈ ਕਿ ਧਰਮ ਦੇ ਆਧਾਰ 'ਤੇ ਇੱਧਰ ਤੋਂ ਉੱਧਰ ਉਧਾਲੀਆਂ ਗਈਆਂ ਇਸਤਰੀਆਂ ਆਪਣੇ ਘਰਾਂ ਨੂੰ ਵਾਪਸ ਪਰਤਾਈਆਂ ਜਾਣਗੀਆਂ, ਭਾਵ ਮੁਸਲਮਾਨ ਔਰਤਾਂ ਜੋ ਭਾਰਤ ਵਿੱਚ ਰਹਿ ਗਈਆਂ ਸੀ ਉਹਨਾਂ ਨੂੰ ਪਾਕਿਸਤਾਨ ਭੇਜਿਆ ਜਾਵੇਗਾ ਅਤੇ ਜੋ ਹਿੰਦੂ ਅਤੇ ਸਿੱਖ ਔਰਤਾਂ ਸੀਗੀਆਂ ਉਹ ਪਾਕਿਸਤਾਨ ਤੋਂ ਭਾਰਤ ਭੇਜੀਆਂ ਜਾਣਗੀਆਂ। ਤਾਂ ਇਸ ਨਾਟਕ ਦੀ ਜੋ ਤ੍ਰਾਸਦੀ ਦੀ ਗੱਲ ਹੈਗੀ ਆ ਉਹ ਇਹ ਸੀਗੀ ਕਿ ਇਸ ਨਾਟਕ ਦਾ ਜੋ ਮੁੱਖ ਪਾਤਰ ਹੈ ਕੇਰੂ ਦਾਸ ਨੰਬਰੀਆ, ਜਿਸ ਨੇ ਕਿ ਦੰਗਿਆਂ ਤੋਂ ਵੀ ਬਹੁਤ ਸਮਾਂ ਪਹਿਲਾਂ ਇੱਕ ਮੁਸਲਮਾਨ ਇਸਤਰੀ ਅਨੈਤੀ ਨੂੰ ਕੈਲੇ ਕੋਲੋਂ ਖਰੀਦਿਆ ਹੁੰਦਾ ਹੈ, ਪਰ ਉਹ ਉਸਨੂੰ ਜਿਹੜਾ ਹੈ ਹਰਵੰਸ ਕੌਰ ਨਾਮ ਦਿੰਦਾ ਹੈ ਅਤੇ ਉਸ ਦੇ ਨਾਲ ਬਾਕਾਇਦਾ ਵਿਆਹ ਕਰਵਾਉਂਦਾ ਹੈਗਾ ਅਤੇ ਉਸ ਦੀ ਗ੍ਰਹਿਸਥੀ ਸੁਖੀ ਸੁਖੀ ਵੱਸ ਰਹੀ ਹੁੰਦੀ ਹੈ ਅਤੇ ਉਹਨਾਂ ਦੇ ਘਰ 10 ਸਾਲ ਦਾ ਇੱਕ ਪੁੱਤਰ ਵੀ ਹੁੰਦਾ ਹੈ। ਪਰੰਤੂ ਉਸ ਦੀ ਇਸ ਸੁਖੀ ਗ੍ਰਹਿਸਥੀ ਤੋਂ ਉਸ ਦੇ ਹੀ ਪਿੰਡ ਦੇ ਕੁਝ ਲੋਕ ਜਿਵੇਂ ਮਲੂਕਾ, ਫੱਤਾ ਅਤੇ ਪ੍ਰੀਤੂ ਉਹ ਇਸ ਨੂੰ ਸਹਿਣ ਨਹੀਂ ਕਰਦੇ, ਉਹਨਾਂ ਨੂੰ
ਉਸ ਦੀ ਸੁਖੀ ਗ੍ਰਸਤੀ ਨੂੰ ਦੇਖ ਕੇ ਈਰਖਾ ਪੈਦਾ ਹੁੰਦੀ ਹੈ ਮਨ ਦੇ ਵਿੱਚ, ਅਤੇ ਉਹ ਇਸ ਨੂੰ ਧਰਮ ਦੇ ਆਧਾਰ 'ਤੇ ਵੀ ਠੀਕ ਨਹੀਂ ਸਮਝਦੇ, ਅਤੇ ਇਹ ਵੀ ਕਹਿੰਦੇ ਨੇ ਕਿ ਇਸ ਦਾ ਬੱਚਿਆਂ ਉੱਤੇ ਗਲਤ ਅਸਰ ਪੈਂਦਾ ਹੈਗਾ। ਅਤੇ ਇਸ ਤੋਂ ਇਲਾਵਾ ਉਸਦੇ ਪੁੱਤਰ ਦੀਪੇ ਨੂੰ ਵੀ ਅਨਾਪ ਸ਼ਨਾਪ ਬੋਲਿਆ ਜਾਂਦਾ ਹੈ। ਅਤੇ ਇਸੇ ਦੌਰਾਨ ਉਹਨਾਂ ਦੇ ਪਿੰਡ ਤੋਂ ਬਾਹਰ ਦੇ ਪਿੰਡ ਦਾ ਇੱਕ ਵਿਅਕਤੀ ਜੀਤਾ ਵੀ ਜਿਹੜਾ ਹੈ 10 ਸਾਲ ਦੀ ਜੇਲ੍ਹ ਕੱਟ ਕੇ ਪਿੰਡ ਆਇਆ ਹੁੰਦਾ ਹੈ। ਅਤੇ ਉਹ ਅਤੇ ਕੇਰੂ ਜੋ ਕਿ ਕਿਸੇ ਸਮੇਂ 10 ਨੰਬਰੀਆ ਰਹਿ ਚੁੱਕਿਆ ਹੁੰਦਾ ਹੈ, ਉਹ ਆਪਣੇ ਅਪਰਾਧਕ ਜੀਵਨ ਦੇ ਸਾਂਝੀਵਾਲ ਹੁੰਦੇ ਨੇ ਅਤੇ ਸਾਰੀਆਂ ਲੁੱਟ ਖੋਹ ਦੀਆਂ ਵਸਤੂਆਂ ਵੰਡ ਕੇ ਵਰਤਦੇ ਰਹੇ ਹੁੰਦੇ ਨੇ। ਅਤੇ ਇਸੇ ਕਰਕੇ ਜੀਤੇ ਨੂੰ ਲੱਗਦਾ ਹੈ ਕਿ ਕੇਰੂ ਨੇ ਅਨੈਤੀ ਨਾਂ ਦੀ ਜੋ ਇਸਤਰੀ ਖਰੀਦੀ ਹੈ ਉਸ ਵਿੱਚ ਵੀ ਉਸਦਾ ਹਿੱਸਾ ਹੈਗਾ। ਤਾਂ ਉਹ ਇਸੇ ਭਾਵਨਾ ਦੇ ਅਧੀਨ ਜਿਹੜਾ ਹੈ ਕੇਰੂ ਦੇ ਘਰ ਜਾਂਦਾ ਹੈ, ਪਰ ਅਨੈਤੀ ਜਿਹੜੀ ਦਾਤੀ ਲੈ ਕੇ ਉਸਦੇ ਪਿੱਛੇ ਪੈ ਜਾਂਦੀ ਹੈ। ਅਤੇ ਕੇਰੂ ਵੀ ਉਸ ਦੀਆਂ ਇਹਨਾਂ ਗੱਲਾਂ ਦਾ ਸਖਤ ਵਿਰੋਧ ਕਰਦਾ ਹੈ, ਜਿਸ 'ਤੇ ਛਟਪਟਾਉਂਦਾ ਹੋਇਆ ਜੀਤਾ ਫਿਰ ਪਿੰਡ ਦੇ ਇਹਨਾਂ ਲੋਕਾਂ ਨੂੰ ਪ੍ਰੀਤੂ ਫੱਤਾ ਅਤੇ ਮਲੂਕ ਸਿੰਘ ਦੀਆਂ ਭਾਵਨਾਵਾਂ ਨੂੰ ਹਵਾ ਦਿੰਦਾ ਹੈ ਅਤੇ ਇਸ ਨੂੰ ਧਰਮ ਦੇ ਖਿਲਾਫ ਹੋਈ ਗੱਲ ਕਹਿ ਕੇ ਜਿਹੜਾ ਹੈ ਛੇਤੀ ਤੋਂ ਛੇਤੀ ਕੇਰੂ ਦਾ ਘਰ ਉਜਾੜਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗ ਜਾਂਦਾ ਹੈ। ਅਤੇ ਉਹ ਇਸ ਗੱਲ ਨੂੰ ਆਧਾਰ ਬਣਾਉਂਦੇ ਨੇ ਵੀ ਕਿਉਂਕਿ ਪਾਕਿਸਤਾਨ ਤੋਂ ਆਈਆਂ ਹੋਈਆਂ ਇਸਤਰੀਆਂ ਪਾਕਿਸਤਾਨ ਭੇਜੀਆਂ ਜਾ ਰਹੀਆਂ ਸੀਗੀਆਂ, ਇਸ ਕਰਕੇ ਜਿਹੜਾ ਅਨੈਤੀ ਹੈ ਉਸ ਨੂੰ ਵੀ ਪਾਕਿਸਤਾਨ ਭੇਜਿਆ ਜਾਣਾ ਚਾਹੀਦਾ ਹੈ। ਹਾਲਾਂਕਿ ਅਨੈਤੀ ਖਰੀਦੀ ਗਈ ਔਰਤ ਸੀ, ਨਾ ਕਿ ਜ਼ਬਰਦਸਤੀ ਘਰ ਪਾਈ ਗਈ ਔਰਤ ਸੀਗੀ। ਤਾਂ ਇਸ ਤੋਂ ਅੱਗੇ ਕੀ ਵਾਪਰਦਾ ਹੈ ਉਹ ਆਪਾਂ ਇਸ ਸੀਨ ਦੇ ਵਿੱਚ ਦੇਖਦੇ ਹੈਗੇ। ਸਥਾਨ ਹੈ ਪ੍ਰੀਤੂ ਦਾ ਕਾਰਖਾਨਾ, ਸਮਾਂ ਹੈ ਸਿਖਰ ਦੁਪਹਿਰ। ਪ੍ਰੀਤੂ ਫੱਤਾ ਅਤੇ ਮਲੂਕ ਸਿੰਘ ਬੜੇ ਚਾਅ ਵਿੱਚ ਨਜ਼ਰ ਆ ਰਹੇ ਨੇ। ਮਲੂਕ ਸਿੰਘ ਤੇਜ਼ੀ ਨਾਲ ਇੱਧਰੋਂ ਉੱਧਰੋਂ ਘੁੰਮ ਰਿਹਾ ਹੈ। ਮਲੂਕ ਸਿੰਘ, ਹੁਣ ਪਤਾ ਲੱਗੂ ਕੇਰੂ 10 ਨੰਬਰੀਏ ਨੂੰ ਭਈ ਮਸਰਾਂ ਦੀ ਦਾਲ ਦਾ ਸਵਾਦ ਕਿਵੇਂ ਦਾ ਹੁੰਦਾ ਆ। ਲਿਆ ਕੇ ਸਾਲੀ ਮੁਸਲੀ ਜਹੀ ਨੂੰ ਹਰਬੰਸ ਕੌਰ ਨਹੀਂ ਬਣਾਤਾ, ਐਂ ਬਣ ਜਾਂਦੀਆਂ ਕਿਤੇ ਸਿੰਘਣੀਆਂ। ਫੱਤਾ, ਤੜਫਦਾ ਤਾਂ ਬਹੁਤ ਹੋ ਕੇਰ ਸਿਓ ਕਿ ਆ ਕੀ ਭਾਣਾ ਵਰਤ ਗਿਆ। ਪ੍ਰੀਤੂ, ਓਏ ਲੱਗ ਜਾਂਦਾ ਹੁਣੇ ਪਤਾ, ਤਾਇਆ ਗਿਆ ਹੋਇਆ ਉਹਦੇ ਵੱਲ ਗੱਲਬਾਤ ਕਰਨ। ਮਲੂਕ ਸਿੰਘ, ਗੱਲਬਾਤ 'ਚੋਂ ਕੀ ਹੁਣ ਬਣੇ ਮੈਂ ਨਿਕਲਣੇ ਆ, ਗੱਲ ਤਾਂ ਮੁੱਕ ਗਈ। ਅਨੈਤੀ ਨੂੰ ਪਿੰਡ ਛੱਡ ਕੇ ਪਾਕਿਸਤਾਨ ਜਾਣਾ ਪਊ ਜਿਵੇਂ ਬਾਕੀ ਨੇ ਗਈਆਂ। ਹੁਣ ਇਸ ਗੱਲਬਾਤ ਦੇ ਵਿੱਚ ਅਸੀਂ ਦੇਖਦੇ ਹੈਗੇ ਹਾਂ ਕਿ ਉਹ ਤਿੰਨੋਂ ਜਾਣੇ ਜਿਹੜੇ ਹੈਗੇ ਨੇ ਕੇਰੋ ਦੇ ਵਰਸਦੇ ਘਰ ਨੂੰ ਵੇਖ ਕੇ ਈਰਖਾ ਦੀ ਅੱਗ ਵਿੱਚ ਸੜ ਰਹੇ ਨੇ ਅਤੇ ਉਹ ਛੇਤੀ ਤੋਂ ਛੇਤੀ ਚਾਹੁੰਦੇ ਨੇ ਕਿ ਉਸਦਾ ਘਰ ਉੱਜੜ ਜਾਵੇ। ਅਤੇ ਇਸ ਦੇ ਵਿੱਚੋਂ ਉਹਨਾਂ ਨੂੰ ਖਾਸ ਖੁਸ਼ੀ ਮਿਲਦੀ ਨਜ਼ਰ ਆਉਂਦੀ ਹੈਗੀ ਆ ਉਹਨਾਂ ਦੀਆਂ ਇਹਨਾਂ ਗੱਲਾਂ ਤੋਂ। ਇੰਨੇ 'ਚ ਤਾਇਆ ਆ ਜਾਂਦਾ ਹੈ। ਤਾਇਆ, ਗੱਲ ਇੰਨੀ ਛੇਤੀ ਨਹੀਂ ਮੁੱਕਦੀ ਮਲੂਕ ਸਿਆਂ, ਕੇਰਾ ਨਹੀਂ ਮੰਨਦਾ ਬਈ। ਉਹ ਤਾਂ ਕਹਿੰਦਾ ਕਿ ਮੈਂ ਕਾਨੂੰਨ ਨਾਲ ਟੱਕਰ ਲਾਊਂ ਪਰ ਬੰਸੋ ਨੂੰ ਨਹੀਂ ਭੇਜਦਾ। ਮਲੂਕ ਸਿਆਂ, ਉਹ ਕਿਹੜੀ ਬੰਸੋ ਤਾਇਆ, ਅਨੈਤੀ ਕਹਿ ਅਨੈਤੀ। ਤਾਇਆ, ਵੈਸੇ ਜੇ ਸੋਚਿਆ ਜਾਵੇ ਤਾਂ ਹੈ ਤਾਂ ਉਹਦੇ ਨਾਲ ਜ਼ਿਆਦਤੀ, ਬੰਨਿਆ ਬਣਾਇਆ ਘਰ ਤੀਲੇ ਤੀਲੇ ਹੋ ਜਾਣਾ ਬੰਸੋ ਦੇ ਜਾਣ ਤੋਂ ਬਾਅਦ। ਫੱਤਾ, ਬਾਕੀਆਂ ਦਾ ਵੀ ਹੋਇਆ ਹੀ ਆ ਤੀਲੇ ਤੀਲੇ, ਜਿਨ੍ਹਾਂ ਦੀਆਂ ਚਲੇ ਗਈਆਂ। ਇਹ ਕੋਈ ਜੱਗ ਤੋਂ ਨਿਆਰਾ ਆ? ਤਾਇਆ, ਨਿਆਰਾ ਤਾਂ ਬੱਲਿਆ ਹੈਗਾ ਹੀ ਆ, ਬੰਸੋ ਕਿਹੜਾ ਫਸਾਦਾਂ ਵੇਲੇ ਆਈ ਹੈ, ਇੰਨੀਆਂ ਔਖਿਆਈਆਂ ਨਾਲ ਵਿਚਾਰਿਆਂ ਦਾ ਘਰ ਬਣਿਆ ਸੀ। ਮਲੂਕ ਸਿੰਘ, ਤਾਇਆ ਤੂੰ ਗੱਲਾਂ ਕਿੱਦਾਂ ਦੀਆਂ ਕਰਦਾ, ਆਖੇ ਨਿਆਰਾ ਹੀ ਹੈ। ਅਸੀਂ ਫਸਾਦਾਂ 'ਚ ਜਦੋਂ 10 ਮੁਸਲੀਆਂ ਚੁੱਕ ਕੇ ਲਿਆਉਂਦੀਆਂ ਤਾਂ ਅਸੀਂ ਕਿਹੜਾ ਔਖਿਆਈਆਂ ਨਹੀਂ ਝੱਲੀਆਂ।
ਤੀਵੀਂ ਚੁੱਕ ਕੇ ਲਿਆਉਣੀ ਕਿਤੇ ਸੌਖੀ ਹੁੰਦੀ ਹੈ। ਇੱਲ ਦੇ ਆਲ੍ਹਣੇ ਵਿੱਚੋਂ ਆਂਡਾ ਫੜਨ ਵਾਲੀ ਗੱਲ ਹੁੰਦੀ ਹੈ, ਅਤੇ ਫਿਰ ਜਿਨ੍ਹਾਂ ਨੇ ਆਪਣੇ ਘਰ ਪਾਈਆਂ ਉਹ ਵੀ ਤਾਂ ਉੱਜੜ ਹੀ ਗਏ। ਕੇਰੂ ਉੱਜੜਦਾ ਤੈਨੂੰ ਬਹੁਤਾ ਦੁੱਖ ਦਿੰਦਾ ਆ। ਪ੍ਰੀਤੂ ਆਹੋ ਤਾਇਆ, ਗੱਲ ਤਾਂ ਮਲੂਕ ਸਿੰਘ ਦੀ ਠੀਕ ਆ। ਤਾਇਆ ਹਾਂ ਠੀਕ ਹੈ, ਸਾਰਿਆਂ ਦੀਆਂ ਗੱਲਾਂ ਹੀ ਠੀਕ ਨੇ। ਜਹਾਲਤ ਦਾ ਪਰਦਾ ਤੁਹਾਡੀਆਂ ਅੱਖਾਂ 'ਤੇ ਪਿਆ ਹੋਇਆ, ਇਸ ਕਰਕੇ ਤੁਹਾਨੂੰ ਆਪਣੀਆਂ ਸਾਰੀਆਂ ਗੱਲਾਂ ਠੀਕ ਲੱਗਦੀਆਂ ਨੇ। ਰਲ ਮਿਲ ਕੇ ਇੱਕ ਸਾਊ ਬੰਦੇ ਨੂੰ ਮਾਰ ਦੇਣਾ ਚਾਹੁੰਦੇ ਹੋ ਤੁਸੀਂ, ਇੱਕ ਦਾਨੀ ਤੀਵੀਂ ਨੂੰ ਘਰੋਂ ਬੇਘਰ ਕਰਨ 'ਤੇ ਤੁਲੇ ਹੋਏ ਹੋ, ਅਤੇ ਮੇਰੀ ਬਦਕਿਸਮਤੀ ਇਹ ਹੈ ਕਿ ਮੈਂ ਇਸ ਪਿੰਡ ਦਾ ਸਰਪੰਚ ਹਾਂ। ਸਰਕਾਰਾਂ ਦੇ ਫੈਸਲਿਆਂ ਤੋਂ ਵੀ ਬਾਹਰ ਨਹੀਂ ਜਾ ਸਕਦਾ, ਅਤੇ ਆਪਣੇ ਪਿੰਡ ਵਿੱਚ ਰਹਿੰਦੇ ਥਾਲੀ ਦੇ ਬੈਂਗਣਾਂ ਨੇ ਜਿਹੜਾ ਰੌਲਾ ਪਾਇਆ ਹੋਇਆ ਉਸ ਤੋਂ ਵੀ ਪਰੇ ਨਹੀਂ ਜਾ ਸਕਦਾ। ਹੁਣ ਥਾਲੀ ਦੇ ਬੈਂਗਣ ਉਹਨਾਂ ਨੂੰ ਕਿਉਂ ਕਹਿੰਦਾ ਹੈ? ਵੀ ਉਹ ਸਮੇਂ ਦੇ ਨਾਲ ਆਪਣਾ ਵਿਚਾਰ ਬਦਲ ਲੈਂਦੇ ਨੇ, ਕਿ ਉਹਨਾਂ ਦੀ ਇੱਕ ਵਿਚਾਰਧਾਰਾ ਨਹੀਂ, ਵੀ ਉਹ ਨੇਕੀ ਦੇ ਰਸਤੇ 'ਤੇ ਨਹੀਂ ਚੱਲ ਰਹੇ, ਸਗੋਂ ਜੇ ਕੋਈ ਉਹਨਾਂ ਨੂੰ ਪੁੱਠੀ ਚੁੱਕ ਦਿੰਦਾ ਹੈ ਤਾਂ ਉਹਦੇ ਮਗਰ ਉਹ ਲੱਗ ਜਾਂਦੇ ਨੇ। ਕੇਰੂ ਦੇ ਗੁੱਸੇ ਅੱਗੇ ਵੀ ਨਹੀਂ ਖੜਿਆ ਜਾਂਦਾ, ਅਤੇ ਵਿਚਾਰੀ ਬੰਸੋ ਦਾ ਸਹਿਮਿਆ ਹੋਇਆ ਚਿਹਰਾ ਵੀ ਨਹੀਂ ਦੇਖਿਆ ਜਾਂਦਾ। ਜੀ ਕਰਦਾ ਭਈ ਪਿੰਡ ਛੱਡ ਕੇ ਕਿਤੇ ਪਹਾੜਾਂ 'ਤੇ ਜਾ ਬੈਠਾਂ, ਪਰ ਫਿਰ ਸੋਚਦਾ ਭਈ ਸ਼ਾਇਦ ਕੋਸ਼ਿਸ਼ ਕਰਕੇ ਕੋਈ ਚੱਜ ਦਾ ਫੈਸਲਾ ਕਰਵਾ ਹੀ ਸਕਾਂ। ਫੱਤੂ ਤਾਇਆ ਤੇਰੀਆਂ ਗੱਲਾਂ ਵੀ ਦਿਲ ਨੂੰ ਲੱਗਦੀਆਂ ਨੇ। ਇਸੇ ਵੇਲੇ ਜੀਥਾ ਉੱਥੇ ਆਉਂਦਾ ਹੈ। ਜੀਥਾ ਬਾਈ ਐਵੇਂ ਨਾ ਇਸ ਬੁੱਢੇ ਸਰਪੰਚ ਪਿੱਛੇ ਲੱਗ ਕੇ ਆਪਣਾ ਫੈਸਲਾ ਬਦਲ ਦਿਓ। ਜਿੱਥੇ ਬਾਕੀ ਦੀਆਂ ਗਈਆਂ ਉੱਥੇ ਕੇਰੂ ਵਾਲੀ ਨੂੰ ਵੀ ਜਾਣਾ ਹੀ ਪਊ। ਤਾਇਆ ਦੇਖ ਵੱਲਿਆ, ਇਹ ਸਾਡੇ ਪਿੰਡ ਦਾ ਮਾਮਲਾ ਆ, ਇਹਦੇ 'ਚ ਤੈਨੂੰ ਬੋਲਣ ਦਾ ਕੋਈ ਹੱਕ ਨਹੀਂ। ਜੀਤਾ ਗੰਡਾਸੀ ਘੁਮਾਉਂਦਿਆਂ ਹੋਇਆ, ਹੱਕ ਕਿਹੜਾ, ਅਸੀਂ ਕਿਤੋਂ ਲੈਣ ਜਾਣਾ? ਹੁਣ ਇਹਦਾ ਕੀ ਮਤਲਬ ਹੈਗਾ ਕਿ ਜੀਤਾ ਹੈ ਜਿਹੜਾ ਉਹਨਾਂ ਦੇ ਪਿੰਡ ਦਾ ਵਿਅਕਤੀ ਨਹੀਂ ਹੁੰਦਾ, ਉਹ ਸਿਰਫ ਕੇਰੂ 10 ਨੰਬਰੀਏ ਦੇ ਨਾਲ ਪਹਿਲਾਂ ਲੁੱਟਾਂ ਖੋਹਾਂ ਦੇ ਵਿੱਚ ਉਹਦਾ ਸਾਂਝੀਵਾਲ ਹੁੰਦਾ ਹੈਗਾ, ਅਤੇ ਉਹ ਵੀ ਬਹੁਤ ਸੜਦਾ ਹੈ ਕਿ ਜਿਹੜਾ ਕੇਰੂ ਹੈ ਉਸਦਾ ਘਰ ਸੁਖੀ ਕਿਉਂ ਵੱਸ ਰਿਹਾ ਹੈਗਾ। ਅਤੇ ਸਰਪੰਚ ਤਾਇਆ ਜਿਹੜਾ ਕਿ ਚੰਗੇ ਪੱਖ ਦੀ ਗੱਲ ਕਰਦਾ ਹੈ, ਅਤੇ ਉਹਨੂੰ ਕਹਿੰਦਾ ਹੈ ਵੀ ਇਹ ਉਹਨਾਂ ਦੇ ਪਿੰਡ ਦਾ ਮਾਮਲਾ ਹੈ, ਵੀ ਉਹ ਬਾਹਰਲੇ ਪਿੰਡ ਦਾ ਵਿਅਕਤੀ ਹੋਣ ਕਰਕੇ ਉਹਨਾਂ ਦੇ ਪਿੰਡ ਦੇ ਮਾਮਲੇ ਦੇ ਵਿੱਚ ਦਖਲ ਨਾ ਦੇਵੇ, ਤਾਂ ਫਿਰ ਜੀਤਾ ਆਪਣੀ ਜਿਹੜੀ ਬਦਮਾਸ਼ੀ ਦਿਖਾਉਂਦਾ ਹੈ, ਗੰਡਾਸੀ ਘੁਮਾਉਂਦਾ ਹੈ, ਉਹਨੂੰ ਕਹਿੰਦਾ ਹੈ ਕਿ ਹੱਕ ਕਿਹੜਾ ਸੀ ਕਿਤੋਂ ਲੈਣ ਜਾਣਾ? ਇਹ ਮਾਮਲਾ ਪਿੰਡ ਪੁੰਡ ਦਾ ਨਹੀਂ ਰਹਿ ਗਿਆ, ਸਾਰੇ ਇਲਾਕੇ ਦਾ ਬਣ ਗਿਆ, ਸਾਡੇ ਧਰਮ ਦਾ ਬਣ ਗਿਆ। ਟੱਕਿਆਂ ਨਾਲ ਖਰੀਦੀ ਇੱਕ ਮੁਸਲੀ ਸਾਡੇ ਦੇਖਦਿਆਂ ਦੇਖਦਿਆਂ ਇੱਕ ਘਰ ਦੀ ਸਰਦਾਰਨੀ ਬਣ ਕੇ ਬਹਿ ਗਈ। ਉਹ ਲਾਣਤ ਹੈ ਸਾਰਿਆਂ 'ਤੇ, ਦੇਖਦੇ ਕੀ ਹੋ? ਧੂ ਲਓ ਸਾਲੀ ਨੂੰ ਝਾਟੇ ਤੋਂ ਫੜ ਕੇ ਨੰਗੀ ਕਰਕੇ ਪਿੰਡ 'ਚ ਗੇੜਾ ਕੱਢੋ, ਇਹੋ ਜਿਹੀ ਕਮਜ਼ਾਦ ਦਾ ਆਪੇ ਡਰ ਕੇ ਭੱਜ ਜੂਗੀ ਆਪਦੇ ਲੱਗਦਿਆਂ ਕੋਲ। ਪੱਤਾ ਪਰ ਕੇਰੂ ਦਾ ਡਰ ਵੀ ਤਾਂ ਮਾਰਦਾ ਹੈ। ਮਲੂਕ ਸਿੰਘ ਕਰਤੀ ਨਾ ਫਿਰ ਦੁੱਕੀ ਦੀ ਗੱਲ, ਅਸੀਂ ਕੀ ਵੰਗਾਂ ਪਾਈਆਂ ਹੋਈਆਂ ਆਪਣੇ ਹੱਥਾਂ 'ਚ, ਚੁਕਾ ਦਿਆਂਗੇ ਪੂੰਛਾਂ ਕੇਰੇ ਕੂਰੇ ਦੀਆਂ। ਬਾਈ ਆਪਣਾ ਠੀਕ ਕਹਿੰਦਾ ਆ, ਆਪਾਂ ਇਸ ਧਰਮ ਕਰਮ ਦੇ ਕੰਮ 'ਚ ਢਿੱਲ ਨਹੀਂ ਵਰਤਣੀ, ਨਾਲੇ ਕਾਨੂੰਨ ਆਪਣੇ ਨਾਲ ਹੈ, ਸਾਨੂੰ ਕਾਹਦਾ ਡਰ। ਤਾਇਆ ਬੱਲੇ ਉਹ ਦਲੇਰ ਸੂਰਮਿਓ, ਇੱਕ ਬਾਹਰਲੇ ਬੰਦੇ ਪਿੱਛੇ ਲੱਗ ਕੇ ਆਪਣੇ ਪਿੰਡ ਦੀ ਇੱਜ਼ਤ ਨੂੰ ਗਲੀਆਂ 'ਚ ਰੋਲਣ ਦੀ ਸੋਚ ਰਹੇ ਹੋ? ਸ਼ਰਮ ਆਉਂਦੀ ਹੈ ਮੈਨੂੰ ਇਹ ਸੋਚ ਕੇ ਕਿ ਮੈਂ ਤੁਹਾਡੇ ਵਰਗੇ ਦੋਗਲਿਆਂ ਅਤੇ ਅਕਲ ਦੇ ਅੰਨਿਆਂ ਦਾ ਸਰਪੰਚ ਹਾਂ। ਲੋਕ ਤਾਇਆ ਤੂੰ ਐਵੇਂ ਝਗੜ ਨਾ ਮਾਰ, ਜਾ ਆਪਣਾ ਕੰਮ ਕਰ, ਬਾਕੀ ਅਸੀਂ ਆਪ ਹੀ ਦੇਖ ਲਾਂਗੇ। ਤਾਇਆ ਮੈਂ ਤਾਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗਾ ਭਾਵੇਂ ਕੁਝ ਵੀ ਹੋ ਜਾਵੇ। ਚਲਿਆ ਜਾਂਦਾ ਹੈ। ਜੀਤਾ ਗੱਲ ਸੁਣੋ, ਤੁਸੀਂ ਪਿੰਡ ਦੇ ਬਾਕੀ ਲੋਕਾਂ ਨੂੰ ਵੀ ਆਪਣੇ ਹੱਥ 'ਚ ਕਰੋ, ਮੈਂ ਸ਼ਹਿਰ ਜਾ ਕੇ ਥਾਣੇਦਾਰ ਨੂੰ ਮਿਲ ਕੇ ਆਉਣਾ। ਮਲੂਕ ਸਿੰਘ ਤੂੰ ਘਾਬਰ ਨਾ ਬਾਈ, ਮੈਂ ਕਿਹਾ ਇੱਕ ਵਾਰ ਤਾਂ ਕੱਟ ਦਿਆਂਗੇ ਬਿੰਗ ਤੜਿੰਗ ਸਾਰੇ ਕੇਰੂ 10 ਨੰਬਰੀਏ ਦੇ। ਸਾਰੇ ਤੇਜ਼ੀ ਨਾਲ
ਬਾਹਰ ਨਿਕਲ ਕੇ ਚਲੇ ਜਾਂਦੇ ਹੈਗੇ ਨੇ। ਤਾਂ ਇਹ ਤਾਂ ਸੀਗਾ ਆਪਣਾ ਭਾਗ ਨੰਬਰ 7 ਦਾ ਇੰਨ ਵਿੰਨ ਪੁਸਤਕ ਪਠਨ। ਹੁਣ ਆਪਾਂ ਇਸ ਭਾਗ ਦਾ ਸੰਖੇਪ ਸਾਰ ਪੜ੍ਹਦੇ ਹੈਗੇ ਹਾਂ ਕਿ 6ਵੇਂ ਸੀਨ ਦੇ ਵਿੱਚ ਆਪਾਂ ਦੇਖਿਆ ਸੀ ਕਿ ਤਾਇਆ ਕੇਰੂ ਨੂੰ ਸਰਕਾਰਾਂ ਦੇ ਫੈਸਲੇ ਅਤੇ ਪਿੰਡ ਵਾਲਿਆਂ ਦੇ ਦਬਾਓ ਕਰਕੇ ਪਿੰਡ ਦੇ ਮਾਹੌਲ ਨੂੰ ਸ਼ਾਂਤ ਬਣਾਈ ਰੱਖਣ ਦੇ ਲਈ ਬਾਂਸੋ ਨੂੰ ਪਾਕਿਸਤਾਨ ਭੇਜਣ ਲਈ ਮਨਾਉਣ ਦਾ ਯਤਨ ਕਰਦਾ ਹੈਗਾ। ਪਰ ਕੇਰੂ ਇਸ ਮਾਮਲੇ ਵਿੱਚ ਕਾਨੂੰਨ, ਪੁਲਿਸ ਅਤੇ ਵਿਰੋਧੀਆਂ ਨਾਲ ਟੱਕਰ ਲੈਣ ਦੀ ਗੱਲ ਕਰਕੇ ਤਾਏ ਦੀ ਸਲਾਹ ਨਹੀਂ ਮੰਨਦਾ, ਜਿਸ ਨਾਲ ਨਾਟਕ ਵਿੱਚ ਲਟਕਾ ਅਤੇ ਟੱਕਰ ਦਾ ਵਾਤਾਵਰਣ ਹੋਰ ਸੰਘਣਾ ਹੋ ਜਾਂਦਾ ਹੈ। ਅਤੇ 7ਵੇਂ ਸੀਨ ਦੇ ਵਿੱਚ ਕੇਰੂ ਦੇ ਟੱਕਰ ਲੈਣ ਦੇ ਫੈਸਲੇ ਸੰਬੰਧੀ ਸੁਣ ਕੇ ਮਲੂਕ ਸਿੰਘ, ਫੱਤਾ, ਪ੍ਰੀਤੂ ਅਤੇ ਜੀਤਾ ਮਿਲ ਕੇ ਤਾਏ ਸਰਪੰਚ ਨੂੰ ਕਹਿੰਦੇ ਹਨ ਕਿ ਉਹ ਬਾਂਸੋ ਨੂੰ ਪਾਕਿਸਤਾਨ ਭੇਜ ਕੇ ਹੀ ਸਾਹ ਲੈਣਗੇ। ਜੀਤਾ ਇਸ ਨੂੰ ਧਰਮ ਦਾ ਮਸਲਾ ਦੱਸ ਕੇ ਸਥਿਤੀ ਨੂੰ ਹੋਰ ਵੀ ਵਿਸਫੋਟਕ ਬਣਾ ਦਿੰਦਾ ਹੈ। ਵਿਸਫੋਟਕ ਕੀ ਹੁੰਦੀ ਹੈ ਬੇਟੇ? ਜਿਵੇਂ ਕੋਈ ਪਟਾਕਾ ਫੁੱਟਦਾ ਹੈਗਾ, ਉਸਨੂੰ ਅੱਗ ਲਾ ਦਿੱਤੀ ਜਾਂਦੀ ਹੈ, ਭਾਵ ਜਿਹੜੀ ਕੋਈ ਤਣਾਓਪੂਰਨ ਸਥਿਤੀ ਹੋਵੇ ਉਸਨੂੰ ਹੋਰ ਵੀ ਤਣਾਓਪੂਰਨ ਬਣਾ ਦੇਣ ਨੂੰ ਕਹਿੰਦੇ ਨੇ ਵਿਸਫੋਟਕ ਸਥਿਤੀ। ਅਤੇ ਨਾਲ ਹੀ ਪੁਲਿਸ ਨੂੰ ਮਿਲਣ ਲਈ ਚਲਾ ਜਾਂਦਾ ਹੈ। ਇਸ ਪ੍ਰਕਾਰ ਨਾਟਕ ਵਿੱਚ ਜ਼ੋਰਦਾਰ ਟਕਰਾਓ ਵਾਲਾ ਮਾਹੌਲ ਪੈਦਾ ਹੋ ਜਾਂਦਾ ਹੈ ਅਤੇ ਤਾਇਆ ਇਸ ਟਕਰਾਓ ਦੇ ਕਾਰਨ ਹੋਣ ਵਾਲੇ ਵੱਢ-ਟੁੱਕ ਨੂੰ ਰੋਕਣ ਲਈ ਆਪਣੀ ਕੋਸ਼ਿਸ਼ ਜਾਰੀ ਰੱਖਣ ਦੀ ਆਪਣੀ ਇੱਛਾ ਦਰਸਾਉਂਦਾ ਹੈ ਅਤੇ ਜਿਸ ਦੇ ਨਾਲ ਨਾਟਕ ਦਾ ਕਾਰਜ ਖੂਬ ਮਗਦਾ ਹੈਗਾ। ਅਤੇ ਤਾਇਆ ਸਰਪੰਚ ਆਪਣੇ ਪਿੰਡ ਦੇ ਮਲੂਕੇ, ਫੱਤੇ ਅਤੇ ਪ੍ਰੀਤੂ ਨੂੰ ਲਾਣਤਾਂ ਵੀ ਪਾਉਂਦਾ ਹੈ ਕਿ ਉਹ ਕਿਸੇ ਬੇਗਾਨੇ ਪਿੰਡ ਦੇ ਵਿਅਕਤੀ ਦੀ ਚੁੱਕ ਵਿੱਚ ਆ ਕੇ ਆਪਣੇ ਪਿੰਡ ਦੀ ਸੁਚੱਜੀ ਇਸਤਰੀ ਦੀ ਲਾਪਾ ਕਰਨ ਲਈ ਤਿਆਰ ਹੋ ਰਹੇ ਨੇ। ਅਤੇ ਇਹਨਾਂ ਗੱਲਾਂ ਦੇ ਕਰਕੇ ਨਾਟਕ ਦਾ ਕਾਰਜ ਖੂਬ ਮਗਦਾ ਹੈ ਅਤੇ ਪਾਠਕ ਦੇ ਵਿੱਚ ਅੱਗੇ ਕੀ ਹੋਇਆ ਇਹ ਜਾਣਨ ਦੀ ਉਤਸੁਕਤਾ ਤੀਵਰ ਹੋ ਜਾਂਦੀ ਹੈ। ਅਤੇ ਹੁਣ ਆਪਾਂ ਇਸ ਭਾਗ ਦੇ ਵਿੱਚ ਆਏ ਮਹੱਤਵਪੂਰਨ ਪ੍ਰਸੰਗ ਨੇ ਜੋ ਉਹਨਾਂ ਦੀ ਵਿਆਖਿਆ ਪੜ੍ਹਨੀ ਹੈਗੀ ਹੈ, ਕਿਉਂਕਿ ਤੁਹਾਨੂੰ ਬੇਟਾ 4 ਨੰਬਰ ਦਾ ਕੁਸ਼ਚਨ ਆਉਣਾ ਹੈਗਾ ਪੇਪਰ ਦੇ ਵਿੱਚ ਪ੍ਰਸੰਗ ਦੱਸ ਕੇ ਵਿਆਖਿਆ ਦਾ। ਤਾਂ ਨਾਟਕ ਦੇ ਇਸ ਭਾਗ ਦੇ ਵਿੱਚ 2 ਮਹੱਤਵਪੂਰਨ ਵਾਰਤਾਲਾਪ ਹੈਗੇ ਨੇ। ਇੱਕ ਹੈਗਾ ਜੀਤੇ ਦਾ, ਗੰਡਾਸੀ ਘੁਮਾਉਂਦਿਆਂ ਹੱਕ ਕਿਹੜਾ ਅਸੀਂ ਕਿਤੋਂ ਲੈਣ ਜਾਣਾ, ਇਹ ਮਾਮਲਾ ਪਿੰਡ ਪੁੰਡ ਦਾ ਨਹੀਂ ਰਹਿ ਗਿਆ, ਸਾਰੇ ਇਲਾਕੇ ਦਾ ਬਣ ਗਿਆ, ਸਾਡੇ ਧਰਮ ਦਾ ਬਣ ਗਿਆ। ਟੱਕਿਆਂ ਨਾਲ ਖਰੀਦੀ ਇੱਕ ਮੁਸਲੀ ਸਾਡੇ ਦੇਖਦਿਆਂ ਦੇਖਦਿਆਂ ਇੱਕ ਘਰ ਦੀ ਸਰਦਾਰਨੀ ਬਣ ਕੇ ਰਹਿ ਗਈ। ਲਾਣਤ ਹੈ ਸਾਰਿਆਂ 'ਤੇ, ਦੇਖਦੇ ਕੀ ਹੋ, ਧੂਲੋ ਸਾਲੀ ਨੂੰ ਝੱਟ ਤੋਂ ਫੜ ਕੇ ਨੰਗੀ ਕਰਕੇ ਪਿੰਡ 'ਚ ਗੇੜਾ ਕੱਢੋ, ਇਹੋ ਜਿਹੀ ਕਮਜ਼ਾਤ ਦਾ ਆਪੇ ਡਰ ਕੇ ਭੱਜੂਗੀ ਆਪਣੇ ਲੱਗਦਿਆਂ ਕੋਲ। ਤਾਂ ਇਹ ਵਾਰਤਾਲਾਪ ਹੈ ਜੋ ਤੁਹਾਨੂੰ ਲਿਖ ਕੇ ਆਊਗਾ ਪ੍ਰਸ਼ਨ ਪੇਪਰ ਦੇ ਵਿੱਚ, ਅਤੇ ਆਪਾਂ ਇਸ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰਨੀ। ਹੁਣ ਜੋ ਪ੍ਰਸੰਗ ਹੈ ਉਹ ਆਮ ਤੌਰ 'ਤੇ ਕਵਿਤਾ ਦੀ ਤਰ੍ਹਾਂ ਹੀ ਕਰਨਾ ਹੁੰਦਾ ਹੈ, ਅਤੇ ਕਵਿਤਾ ਦੀ ਪ੍ਰਸੰਗ ਬਾਰੇ ਵੀ ਮੈਂ ਹਮੇਸ਼ਾ ਇਹੀ ਕਹਿੰਦੀ ਹੁੰਦੀ ਹਾਂ ਵੀ ਸਾਨੂੰ ਜਿਹੜਾ ਹੈ ਉਹਦੇ ਵਿੱਚ 4 ਕੱਕਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਪਹਿਲਾ ਹੈ ਕਿਤਾਬ ਦਾ ਨਾਂ, ਦੂਸਰਾ ਹੈ ਕਿਸ ਨੇ ਕਿਹਾ, ਤੀਸਰਾ ਹੈ ਕਿਸ ਨੂੰ ਕਿਹਾ, ਚੌਥਾ ਹੈ ਕੀ ਕਿਹਾ। ਠੀਕ ਹੈ, 4 ਗੱਲਾਂ ਅਸੀਂ ਇਹਦੇ ਵਿੱਚ ਪ੍ਰਸੰਗ ਦੇ ਵਿੱਚ ਦੱਸਣੀਆਂ ਹੈਗੀਆਂ ਨੇ। ਤਾਂ ਹੁਣ ਅਸੀਂ ਇਸ ਵਾਰਤਾਲਾਪ ਦਾ ਪ੍ਰਸੰਗ ਲਿਖਾਂਗੇ ਕਿ ਇਹ ਸ਼ਬਦ ਡਾਕਟਰ ਸਾਹਿਬ ਸਿੰਘ ਦੇ ਨਾਟਕ ਪਰਿੰਦੇ ਜਾਣ ਹੁਣ ਕਿੱਥੇ ਵਿੱਚੋਂ ਲਿਆ ਗਿਆ ਹੈ, ਅਤੇ ਇਹ ਇਸਦੇ ਭਾਗ ਨੰਬਰ 7 ਜਾਂ ਸੀਨ ਨੰਬਰ 7 ਦੇ ਵਿੱਚ ਦਰਜ ਹੈਗਾ। ਅਤੇ ਇਸ ਵਿੱਚ ਜੀਤਾ ਆਪਣੀ ਗੰਡਾਸੀ ਨੂੰ ਘੁਮਾਉਂਦਿਆਂ ਹੋਇਆ ਮਲੂਕ ਸਿੰਘ, ਫੱਤੇ ਅਤੇ ਪ੍ਰੀਤੂ ਆਦਿ ਨੂੰ ਕਹਿੰਦਾ ਹੈ, ਜਦੋਂ ਤਾਇਆ ਸਰਪੰਚ ਉਸ ਨੂੰ ਕਹਿੰਦਾ ਹੈ ਕਿ ਉਹ ਉਹਨਾਂ ਦੇ ਪਿੰਡ ਦਾ ਵਿਅਕਤੀ ਨਹੀਂ ਹੈ,
ਇਸ ਲਈ ਉਸ ਉਹ ਬੰਸੋ ਨੂੰ ਪਾਕਿਸਤਾਨ ਭੇਜਣ ਨਾ ਜਾਂ ਨਾ ਭੇਜਣ ਦਾ ਮਸਲਾ ਉਹਨਾਂ ਦੇ ਪਿੰਡ ਦਾ ਹੈ, ਜੀਤੇ ਦੇ ਪਿੰਡ ਦਾ ਨਹੀਂ, ਕਿਉਂਕਿ ਜੀਤਾ ਬਾਹਰਲੇ ਪਿੰਡ ਦਾ ਹੈ। ਇਸ ਕਰਕੇ ਗੁੱਸੇ ਵਿੱਚ ਆਇਆ ਹੋਇਆ ਜੀਤਾ ਸਰਪੰਚ ਨੂੰ ਕਹਿੰਦਾ ਹੈ, ਤਾਂ ਇਹ ਅਸੀਂ ਪ੍ਰਸੰਗ ਲਿਖਾਂਗੇ, ਤਾਂ ਵਿਆਖਿਆ ਦੇ ਵਿੱਚ ਅਸੀਂ ਕੀ ਲਿਖਾਂਗੇ ਕਿ ਤਾਏ ਦੀ ਇਹ ਗੱਲ ਸੁਣ ਕੇ ਗੁੱਸੇ ਵਿੱਚ ਤੜਪਦਾ ਹੋਇਆ ਜੀਤਾ ਕਹਿੰਦਾ ਹੈ ਕਿ ਉਸਨੇ ਇਸ ਮਾਮਲੇ ਵਿੱਚ ਦਖਲ ਲੈਣ ਦੇਣ ਦਾ ਹੱਕ ਕਿਤੋਂ ਲੈਣ ਨਹੀਂ ਜਾਣਾ, ਸਗੋਂ ਆਪੇ ਹੀ ਬਣਾ ਲੈਣਾ ਹੈ। ਇਹ ਮਾਮਲਾ ਹੁਣ ਕੇਵਲ ਉਹਨਾਂ ਦੇ ਪਿੰਡ ਦਾ ਨਹੀਂ ਰਹਿ ਗਿਆ, ਸਗੋਂ ਧਰਮ ਦਾ ਮਾਮਲਾ ਹੋਣ ਕਰਕੇ ਸਾਰੇ ਇਲਾਕੇ ਦਾ ਬਣ ਗਿਆ ਹੈ। ਉਹ ਟਕਿਆਂ ਦੇ ਨਾਲ ਖਰੀਦੀ ਹੋਈ ਇੱਕ ਮੁਸਲਮਾਨਣੀ ਨੂੰ ਆਪਣੇ ਸਾਹਮਣੇ ਇੱਕ ਘਰ ਦੀ ਸਰਦਾਰਨੀ ਬਣ ਕੇ ਨਹੀਂ ਬੈਠਣ ਦੇਣਗੇ। ਲਾਨਤ ਹੈ ਅਜਿਹੇ ਲੋਕਾਂ 'ਤੇ ਜਿਹੜੇ ਅਜਿਹਾ ਹੋਣ ਦੇ ਰਹੇ ਨੇ। ਉਹ ਆਪਣੇ ਸਾਥੀਆਂ ਮਲੂਕੇ ਵਰਗਿਆਂ ਨੂੰ ਸ਼ਹਿ ਦਿੰਦਾ ਹੈ ਕਿ ਉਹਨਾਂ ਨੂੰ ਉਸ ਨੂੰ ਬਾਲਾਂ ਤੋਂ ਫੜ ਕੇ ਧੂ ਲੈਣਾ ਚਾਹੀਦਾ ਹੈ ਅਤੇ ਪਿੰਡ 'ਚ ਘੁਮਾਉਣਾ ਚਾਹੀਦਾ ਹੈ। ਫਿਰ ਉਹ ਆਪੇ ਡਰ ਕੇ ਪਾਕਿਸਤਾਨ ਨੂੰ ਭੱਜੇਗੀ ਅਤੇ ਆਪਣੇ ਸੰਬੰਧੀਆਂ ਕੋਲ ਚਲੀ ਜਾਵੇਗੀ। ਤਾਂ ਦੂਸਰਾ ਜੋ ਪੈਰਾਗ੍ਰਾਫ ਹੈ ਇੰਪੋਰਟੈਂਟ, ਉਹ ਹੈ ਬੱਲੇ ਉਹ ਦਲੇਰ ਸੂਰਮੇ। ਹੁਣ ਇੱਥੇ ਤਾਂ ਆਪਣੇ ਕੋਲ ਲਿਖਿਆ ਨਾ ਵੀ ਤਾਇਆ, ਹੁਣ ਇੱਥੇ ਇਗਜ਼ਾਮ ਦੇ ਵਿੱਚ ਨਹੀਂ ਲਿਖਿਆ ਹੋਣਾ, ਠੀਕ ਹੈ, ਵੀ ਕਿਸ ਨੇ ਬੋਲਿਆ। ਬੱਲੇ ਉਹ ਦਲੇਰ ਸੂਰਮੇ ਹੋ, ਇੱਕ ਬਾਹਰਲੇ ਬੰਦੇ ਦੇ ਪਿੱਛੇ ਲੱਗ ਕੇ ਆਪਣੇ ਪਿੰਡ ਦੀ ਇੱਜ਼ਤ ਨੂੰ ਗਲੀਆਂ 'ਚ ਰੋਲਣ ਦੀ ਸੋਚ ਰਹੇ ਹੋ, ਸ਼ਰਮ ਆਉਂਦੀ ਆ ਮੈਨੂੰ ਇਹ ਸੋਚ ਕੇ ਕਿ ਮੈਂ ਤੁਹਾਡੇ ਵਰਗੇ ਦੋਗਲਿਆਂ ਅਤੇ ਅਕਲ ਦੇ ਅੰਨਿਆਂ ਦਾ ਸਰਪੰਚ ਹਾਂ। ਤਾਂ ਹੁਣ ਇਸ ਦਾ ਪ੍ਰਸੰਗ ਵੀ ਆਪਾਂ ਪਹਿਲਾਂ ਵਾਂਗ ਹੀ ਲਿਖਾਂਗੇ ਕਿ ਇਹ ਸ਼ਬਦ ਡਾਕਟਰ ਸਾਹਿਬ ਸਿੰਘ ਦੇ ਨਾਟਕ ਪਰਿੰਦੇ ਜਾਣ ਹੁਣ ਕਿੱਥੇ ਵਿੱਚੋਂ ਲਿਆ ਗਿਆ ਹੈ ਅਤੇ ਇਸ ਦੇ ਸੀਨ ਨੰਬਰ 7 ਵਿੱਚ ਦਰਜ ਹੈ। ਅਤੇ ਇਸ ਵਿੱਚ ਤਾਇਆ ਸਰਪੰਚ ਮਲੂਕ ਸਿੰਘ ਫੱਤੇ ਅਤੇ ਪ੍ਰੀਤੂ ਨੂੰ ਕਹਿੰਦਾ ਹੈ, ਜਿਹੜਾ ਕਿ ਇੱਕ ਬਾਹਰਲੇ ਬੰਦੇ ਜੀਤੇ ਦੇ ਪਿੱਛੇ ਲੱਗ ਕੇ ਬੰਸੋ ਨੂੰ ਬੇਇੱਜ਼ਤ ਕਰਕੇ ਕੱਢਣ ਅਤੇ ਇਸ ਤਰ੍ਹਾਂ ਆਪਣੇ ਹੀ ਪਿੰਡ ਦੀ ਇੱਜ਼ਤ ਨੂੰ ਰੋਲਣ ਦੇ ਰਸਤੇ ਉੱਤੇ ਚੱਲ ਰਹੇ ਸਨ। ਤਾਂ ਵਿਆਖਿਆ ਦੇ ਵਿੱਚ ਅਸੀਂ ਕੀ ਲਿਖਾਂਗੇ, ਤਾਇਆ ਬਹੁਤ ਹੀ ਵਿਅੰਗਮੇ ਸੁਰ ਦੇ ਵਿੱਚ ਕਹਿੰਦਾ ਹੈ ਕਿ ਮਲੂਕ ਸਿੰਘ ਫੱਤੇ ਅਤੇ ਪ੍ਰੀਤੂ ਨੂੰ ਇੱਕ ਦਲੇਰ ਸੂਰਮੇ ਹੋਣ ਦਾ ਫਤਵਾ ਦਿੰਦਾ ਹੈ, ਭਾਵ ਉਹ ਵਿਅੰਗ ਦੇ ਨਾਲ ਕਹਿੰਦਾ ਬੜੇ ਦਲੇਰ ਨੇ ਉਹ ਜਿਹੜੇ ਆਪਣੇ ਹੀ ਪਿੰਡ ਦੀ ਇੱਜ਼ਤ ਨੂੰ ਰੋਲਣ ਦੀ ਕੋਸ਼ਿਸ਼ ਕਰਦੇ ਨੇ, ਹੈ ਨਾ। ਅਤੇ ਉਹ ਕਹਿੰਦਾ ਹੈਗਾ ਕਿ ਉਹ ਬੜੇ ਦਲੇਰ ਸੂਰਮੇ ਹਨ, ਜਿਹੜੇ ਇੱਕ ਬਾਹਰਲੇ ਬੰਦੇ ਜੀਤੇ ਦੀ ਚੁੱਕ ਵਿੱਚ ਆ ਕੇ ਆਪਣੇ ਹੀ ਪਿੰਡ ਦੀ ਔਰਤ ਬੰਸੋ ਨੂੰ ਬੇਇੱਜ਼ਤ ਕਰਕੇ ਆਪਣੇ ਪਿੰਡ ਦੀ ਇੱਜ਼ਤ ਨੂੰ ਗਲੀਆਂ ਵਿੱਚ ਰੋਲਣ ਦੇ ਰਸਤੇ ਉੱਤੇ ਤੁਰੇ ਹੋਏ ਹਨ। ਅਤੇ ਤਾਇਆ ਕਹਿੰਦਾ ਹੈ ਕਿ ਮੈਨੂੰ ਇਹ ਸੋਚ ਕੇ ਸ਼ਰਮ ਆਉਂਦੀ ਹੈ ਕਿ ਮੈਂ ਅਜਿਹੇ ਦੋਗਲਿਆਂ ਅਤੇ ਮੂਰਖ ਲੋਕਾਂ ਦਾ ਸਰਪੰਚ ਹਾਂ। ਤਾਂ ਇਸ ਚੀਜ਼ ਦੀ ਵਿਆਖਿਆ, ਅਤੇ ਆਪਾਂ ਸੱਤਵਾਂ ਭਾਗ ਪੜ੍ਹਿਆ ਹੈ, ਪ੍ਰਸੰਗ ਦੱਸ ਕੇ ਵਿਆਖਿਆ ਪੜ੍ਹੀ ਹੈਗੀ ਆ। ਉਮੀਦ ਕਰਦੀ ਹੈਗੀ ਕਿ ਤੁਹਾਨੂੰ ਸਮਝ ਲੱਗ ਗਈ ਹੋਣੀ ਆ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਕਮੈਂਟ ਕਰਿਓ, ਫਰੈਂਡਸ ਦੇ ਨਾਲ ਸ਼ੇਅਰ ਕਰਿਓ। ਜੇਕਰ ਇਸ ਚੈਨਲ 'ਤੇ ਨਵੇਂ ਆਏ ਹੈਗੇ ਹੋ ਤਾਂ ਚੈਨਲ ਦੀ ਪਲੇਲਿਸਟ ਜ਼ਰੂਰ ਵੇਖਣਾ ਬੇਟੇ। ਅਤੇ ਇਸ ਚੈਨਲ ਉੱਤੇ ਇੱਕ ਨਾਲੋਂ ਵੱਧ ਕਲਾਸਿਸ ਦਾ ਅਤੇ ਇੱਕ ਦੋ ਸਬਜੈਕਟਸ ਹੋਰ ਦਾ ਕੰਮ ਵੀ ਕੀਤਾ ਹੋਇਆ ਹੈ। ਹੋ ਸਕਦਾ ਹੈ ਤੁਹਾਨੂੰ ਉਹਨਾਂ ਵਿੱਚੋਂ ਕੋਈ ਵੀਡੀਓ ਦੀ ਲੋੜ ਹੋਵੇ, ਅਤੇ ਜੇਕਰ ਕੋਈ ਵੀ ਵੀਡੀਓ ਤੁਹਾਡੀ ਪੜ੍ਹਾਈ ਦੀ ਲਾਭਦਾਇਕ ਹੋਈ ਤਾਂ ਫਿਰ ਇਸ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਿਨਾਂ ਬਿਲਕੁਲ ਨਾ ਜਾਣਾ। ਫਿਰ ਮਿਲਦੇ ਹੈਗੇ ਹਾਂ ਅਗਲੀ ਵੀਡੀਓ ਦੇ ਨਾਲ।